ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੀਜ਼ ਕੁਕਿੰਗ ਰੁਟੀਨ ਦੇ ਵਿੱਚ ਜੀ ਅੱਜ ਅਸੀਂ ਬਣਾਵਾਂਗੇ ਝਟਪਟ ਤਿਆਰ ਹੋਣੇ ਵਾਲਾ ਹਰੀਆਂ ਮਿਰਚਾਂ ਦਾ ਆਚਾਰ ਸਭ ਤੋਂ ਪਹਿਲਾਂ ਅਸੀਂ ਹਰੀਆਂ ਮਿਰਚਾਂ ਦੀਆਂ ਸਾਰੀਆਂ ਡੰਡੀਆਂ ਨੂੰ ਕੱਟ ਦੇਵਾਂਗੇ ਇਹਨਾਂ ਨੂੰ ਕੱਟ ਕੇ ਹੀ ਅਸੀਂ ਆਪਣਾ achar ਬਣਾ ਕੇ ਤਿਆਰ ਕਰਾਂਗੇ ਤੁਸੀਂ ਚਾਹੋ ਤਾਂ ਇਹਨਾਂ ਡੰਡੀਆਂ ਸਮੇਤ ਵੀ ਮਿਰਚ ਦਾ ਆਚਾਰ ਪਾ ਸਕਦੇ ਆ ਅਸੀਂ ਸਾਰੀਆਂ ਮਿਰਚਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਿਆ ਹੈ ਹੁਣ ਅਸੀਂ ਇਹਨਾਂ ਨੂੰ ਦੋ-ਦੋ ਹਿੱਸਿਆਂ ਦੇ ਵਿੱਚ ਕੱਟ ਕਰ ਲਵਾਂਗੇ ਅਸੀਂ ਆਪਣੀਆਂ ਹਰੀਆਂ ਮਿਰਚਾਂ ਦਾ ਆਚਾਰ ਕੱਟ ਕੇ ਹੀ ਪਾਵਾਂਗੇ ਇਸ ਤਰ੍ਹਾਂ ਸਾਡਾ ਆਚਾਰ ਬਹੁਤ ਹੀ ਵਧੀਆ ਬਣਦਾ ਹੈ ਅਤੇ ਸਾਡੀਆਂ ਮਿਰਚਾਂ ਦੇ ਉੱਪਰ ਮਸਾਲਿਆਂ ਦੀ ਕੋਟਿੰਗ ਬਹੁਤ ਵਧੀਆ ਹੋ ਜਾਂਦੀ ਹੈ ਅਸੀਂ ਇੱਥੇ ਸਾਰੀਆਂ ਹਰੀਆਂ ਮਿਰਚਾਂ ਨੂੰ ਦੋ-ਦੋ ਹਿੱਸਿਆਂ ਦੇ ਵਿੱਚ ਕੱਟ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਆਚਾਰ ਬਣਾਉਣ ਦੇ ਲਈ ਮਸਾਲਿਆਂ ਦੀ ਤਿਆਰੀ ਕਰ ਲੈਂਦੇ ਹਾਂ ਅਸੀਂ ਇੱਥੇ ਇੱਕ ਕੜਾਈ ਲੈ ਲਵਾਂਗੇ ਅਤੇ ਉਸਦੇ ਵਿੱਚ 2 ਚਮਚ ਸਾਬਤ ਅਸੀਂ ਧਨੀਆ ਪਾਵਾਂਗੇ 2 ਚਮਚ ਹੀ ਸਾਬਤ ਅਸੀਂ ਮੇਥੇ ਪਾਵਾਂਗੇ 1 ਚਮਚ ਅਸੀਂ ਸਾਬਤ ਇਹਦੇ ਵਿੱਚ ਜੀਰਾ ਪਾਵਾਂਗੇ 1 ਚਮਚ ਹੀ ਸਾਬਤ ਅਸੀਂ ਇਹਦੇ ਵਿੱਚ ਸੌਂਫ ਪਾਵਾਂਗੇ 2 ਚਮਚ ਅਸੀਂ ਸਾਬਤ ਇਹਦੇ ਵਿੱਚ ਰਾਈ ਪਾ ਦਵਾਂਗੇ ਸਾਰੇ ਮਸਾਲੇ ਪਾਉਣ ਤੋਂ ਬਾਅਦ ਅਸੀਂ ਇਹਨਾਂ ਮਸਾਲਿਆਂ ਨੂੰ ਹਲਕਾ ਜਿਹਾ ਭੁੰਨ ਲਵਾਂਗੇ ਤਾਂ ਕਿ ਇਹਨਾਂ ਮਸਾਲਿਆਂ ਦੀ ਨਮੀ ਜਿਹੜੀ ਉਹ ਖਤਮ ਹੋ ਜਾਵੇ ਇਹਨਾਂ ਮਸਾਲਿਆਂ ਨੂੰ ਭੁੰਨ ਕੇ ਪਾਉਣ ਦੇ ਨਾਲ ਸਾਡਾ achar ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦਾ ਇੱਥੇ ਅਸੀਂ ਮਸਾਲਿਆਂ ਨੂੰ ਹਲਕਾ ਜਿਹਾ ਭੁੰਨ ਲਿਆ ਹੈ ਅਸੀਂ ਇਹਨਾਂ ਨੂੰ ਹੋਰ ਨਹੀਂ ਭੁੰਨਾਂਗੇ ਤੇ ਗੈਸ ਦੀ ਫਲੇਮ ਬੰਦ ਕਰ ਦੇਵਾਂਗੇ ਅਤੇ ਮਸਾਲਿਆਂ ਨੂੰ ਥੋੜੇ ਟਾਈਮ ਲਈ ਠੰਡਾ ਹੋਣ ਦੇ ਲਈ ਛੱਡ ਦੇਵਾਂਗੇ ਇੱਥੇ ਸਾਡੇ ਖੜੇ ਮਸਾਲੇ ਬਿਲਕੁਲ ਠੰਡੇ ਹੋ ਗਏ ਆ ਹੁਣ ਅਸੀਂ ਇਹਨਾਂ ਨੂੰ ਮਿਕਸੀ ਵਾਲੇ ਜੱਗ ਵਿੱਚ ਪਾ ਲਵਾਂਗੇ ਅਤੇ ਦਰਦਰਾ ਜਿਹਾ ਪੀਸ ਕੇ ਤਿਆਰ ਕਰ ਲਵਾਂਗੇ ਅਸੀਂ ਆਪਣੇ ਮਸਾਲਿਆਂ ਨੂੰ ਇੱਥੇ ਦਰਦਰਾ ਜਿਹਾ ਹੀ ਪੀਸਣਾ ਹੈ ਇਸ ਦੇ ਨਾਲ ਸਾਡੀਆਂ ਹਰੀਆਂ ਮਿਰਚਾਂ ਦੇ ਆਚਾਰ ਵਿੱਚ ਟੇਸਟ ਬਹੁਤ ਹੀ ਵਧੀਆ ਹੁੰਦਾ ਹੈ ਅਸੀਂ ਮਸਾਲਿਆਂ ਨੂੰ ਪੀਸ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਇਹਨਾਂ ਨੂੰ ਇੱਕ ਕੌਲੀ ਦੇ ਵਿੱਚ ਕੱਢ ਲਵਾਂਗੇ ਦੂਸਰੀ ਤਰਫ ਅਸੀਂ ਹਰੀਆਂ ਮਿਰਚਾਂ ਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਸੁਕਾ ਲਿਆ ਹੈ ਹਰੀਆਂ ਮਿਰਚਾਂ ਦਾ ਅਚਾਰ ਪਾਉਣ ਦੇ ਲਈ ਮਿਰਚਾਂ ਦੇ ਵਿੱਚ ਨਮੀ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਜੇਕਰ ਇਸ ਦੇ ਵਿੱਚ ਹਲਕਾ ਜਿਹਾ ਵੀ ਪਾਣੀ ਹੋਵੇਗਾ ਤਾਂ ਸਾਡਾ ਅਚਾਰ ਬਹੁਤ ਜਲਦੀ ਖਰਾਬ ਹੋ ਜਾਵੇਗਾ ਇਸ ਲਈ ਅਸੀਂ ਹਰੀਆਂ ਮਿਰਚਾਂ ਨੂੰ ਥੋੜਾ ਜਿਹਾ ਸੁਕਾ ਲਿਆ ਹੈ ਹੁਣ ਅਸੀਂ ਇਹਦੇ ਵਿੱਚ ਆਪਣੇ ਦਰਦਰੇ ਪੀਸੇ ਹੋਏ ਸਾਰੇ ਮਸਾਲੇ ਐਡ ਕਰ ਦਵਾਂਗੇ ਉਸ ਤੋਂ ਬਾਅਦ ਅਸੀਂ ਹਰੀਆਂ ਮਿਰਚਾਂ ਦੇ ਵਿੱਚ ਇੱਕ ਚਮਚ ਨਮਕ ਐਡ ਕਰਾਂਗੇ ਨਮਕ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਵੀ ਪਾ ਸਕਦੇ ਆ ਹੁਣ ਅਸੀਂ ਇਹਦੇ ਵਿੱਚ ਐਡ ਕਰ ਦਵਾਂਗੇ ਅੱਧਾ ਚਮਚ ਹਲਦੀ ਪਾਊਡਰ ਅੱਧਾ ਚਮਚ ਹੀ ਰੈੱਡ ਚਿਲੀ ਪਾਊਡਰ ਪਾਵਾਂਗੇ ਇੱਕ ਅਸੀਂ ਨਿੰਬੂ ਪਾਵਾਂਗੇ ਕਿਉਂਕਿ ਅਸੀਂ ਹਰੀਆਂ ਮਿਰਚਾਂ ਦਾ ਆਚਾਰ ਨਿੰਬੂ ਦੇ ਸੱਤ ਵਾਲਾ ਬਣਾ ਰਹੇ ਹਾਂ ਅਸੀਂ ਇਸ ਲਈ ਇੱਥੇ ਇੱਕ ਪੂਰਾ ਨਿੰਬੂ ਨਿਚੋੜ ਕੇ ਆਪਣੀਆਂ ਮਿਰਚਾਂ ਦੇ ਵਿੱਚ ਪਾ ਦੇਵਾਂਗੇ ਨਿੰਬੂ ਪਾਉਣ ਦੇ ਨਾਲ ਸਾਡੀਆਂ ਮਿਰਚਾਂ ਦੇ ਵਿੱਚ ਬਹੁਤ ਹੀ ਵਧੀਆ ਫਲੇਵਰ ਆਉਂਦਾ ਹੈ ਤੁਸੀਂ ਇੱਥੇ ਨਿੰਬੂ ਦੀ ਜਗ੍ਹਾ ਤੇ ਵਿਨੇਗਰ ਵੀ ਪਾ ਸਕਦੇ ਆਂ ਹੁਣ ਅਸੀਂ ਚੰਗੀ ਤਰ੍ਹਾਂ ਦੇ ਨਾਲ ਸਾਰੇ ਮਸਾਲਿਆਂ ਨੂੰ ਹਰੀਆਂ ਮਿਰਚਾਂ ਦੇ ਵਿੱਚ ਮਿਕਸ ਕਰ ਦੇਵਾਂਗੇ ਤਾਂ ਕਿ ਮਿਰਚਾਂ ਦੇ ਉੱਪਰ ਮਸਾਲਿਆਂ ਦੀ ਕੋਟਿੰਗ ਹੋ ਜਾਵੇ ਇਸ ਤਰ੍ਹਾਂ ਬਹੁਤ ਹੀ ਜਲਦੀ ਆਚਾਰ ਬਣ ਕੇ ਤਿਆਰ ਹੋ ਜਾਂਦਾ ਹੈ ਇੱਥੇ ਅਸੀਂ ਸਾਰੀਆਂ ਮਿਰਚਾਂ ਨੂੰ ਮਸਾਲਿਆਂ ਦੇ ਵਿੱਚ ਵਧੀਆ ਤਰੀਕੇ ਨਾਲ ਕੋਟ ਕਰ ਲਿਆ ਹੈ ਹੁਣ ਅਸੀਂ ਇਹਦੇ ਵਿੱਚ ਐਡ ਕਰ ਦੇਵਾਂਗੇ ਕੱਪ ਦਾ ਚੌਥਾ ਹਿੱਸਾ ਸਰੋਂ ਦਾ ਤੇਲ ਸਰੋਂ ਦੇ ਤੇਲ ਨੂੰ ਅਸੀਂ ਚੰਗੀ ਤਰ੍ਹਾਂ ਦੇ ਨਾਲ ਗਰਮ ਕਰਕੇ ਠੰਡਾ ਕਰਕੇ ਹੀ ਪਾਉਣਾ ਹੈ ਤੁਸੀਂ ਚਾਹੋ ਤਾਂ ਕੱਚਾ ਸਰੋਂ ਦਾ ਤੇਲ ਵੀ ਪਾ ਸਕਦੇ ਆ ਤੇਲ ਪਉਣ ਤੋਂ ਬਾਅਦ ਅਸੀਂ ਦੁਬਾਰਾ ਹੱਥਾਂ ਦੇ ਨਾਲ ਸਾਰੀਆਂ ਮਿਰਚਾਂ ਨੂੰ ਮਿਕਸ ਕਰ ਲਵਾਂਗੇ ਤਾਂ ਕਿ ਸਾਰੇ ਮਸਾਲੇ ਤੇਲ ਦੇ ਵਿੱਚ ਰਲ ਜਾਣ ਅਤੇ ਮਿਰਚਾਂ ਦੇ ਉੱਪਰ ਕੋਟ ਹੋ ਜਾਣ ਅਸੀਂ ਇੱਥੇ ਚੰਗੀ ਤਰ੍ਹਾਂ ਦੇ ਨਾਲ ਸਾਰੇ ਮਸਾਲਿਆਂ ਨੂੰ ਮਿਰਚਾਂ ਦੇ ਉੱਪਰ ਕੋਟ ਕਰ ਲਿਆ ਹੈ ਅਸੀਂ ਇੱਥੇ ਆਪਣੇ ਆਚਾਰ ਦੇ ਵਿੱਚ ਕਲੌਂਜੀ ਪਾਉਣਾ ਸਕਿੱਪ ਕਰ ਗਏ ਸੀ ਇਸ ਲਈ ਅਸੀਂ ਹੁਣ ਇਹਦੇ ਵਿੱਚ ਅੱਧਾ ਚਮਚ ਕਲੌਂਜੀ ਦਾ ਐਡ ਕਰ ਦੇਵਾਂਗੇ ਅਤੇ ਦੁਬਾਰਾ ਸਾਰੇ ਆਚਾਰ ਨੂੰ ਮਿਕਸ ਕਰ ਦੇਵਾਂਗੇ ਤੁਸੀਂ ਅਗਰ ਚਾਹੋ ਤਾਂ ਕਲੌਂਜੀ ਨੂੰ ਸਕਿਪ ਵੀ ਕਰ ਸਕਦੇ ਆ ਪਰ ਕਲੌਂਜੀ ਦੇ ਨਾਲ ਆਚਾਰ ਦੇ ਵਿੱਚ ਟੇਸਟ ਬਹੁਤ ਹੀ ਵਧੀਆ ਹੁੰਦਾ ਹੈ ਸਾਡਾ ਹਰੀਆਂ ਮਿਰਚਾਂ ਦਾ ਨਿੰਬੂ ਦੇ ਸੱਤ ਵਾਲਾ ਇਨਸਟੈਂਟ ਆਚਾਰ ਬਣ ਕੇ ਤਿਆਰ ਹੋ ਗਿਆ ਆ ਹੁਣ ਅਸੀਂ ਇਸ ਆਚਾਰ ਨੂੰ ਇੱਕ ਕੱਚ ਦੇ ਮਰਤਬਨ ਵਿੱਚ ਕੱਢ ਲਵਾਂਗੇ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਹਰੀਆਂ ਮਿਰਚਾਂ ਦਾ ਆਚਾਰ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਹੋਰ ਬਹੁਤ ਸਾਰੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ